ਤਾਂ ਵੱਡੀ ਖਬਰ ਦਾ ਰੁਖ ਕਰਾਂਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਕੱਲ੍ਹ ਇੱਕ ਦਿਨ ਵਾਸਤੇ ਪੰਜਾਬ ਭਾਜਪਾ ਉਮੀਦਵਾਰਾਂ ਅਤੇ ਹਰਿਆਣਾ ਦੇ ਵਿੱਚ ਭਾਜਪਾ ਦੇ ਮੰਤਰੀਆਂ ਦੇ ਖਿਲਾਫ਼ ਪ੍ਰਦਰਸ਼ਨ ਕਰਨਗੇ। ਭਾਜਪਾ ਦੇ ਸਾਰੇ ਉਮੀਦਵਾਰਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਏਗਾ। ਕਿਸਾਨ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਜਿਤਾ ਰਹੇ ਨੇ, ਜਿਸ ਦੇ ਚੱਲਦਿਆਂ ਉਹਨਾਂ ਦੇ ਵੱਲੋਂ ਕੱਲ੍ਹ ਨੂੰ ਬੀਜੇਪੀ ਉਮੀਦਵਾਰਾਂ ਦਾ ਘਿਰਾਓ ਜੋ ਹੈ ਕੀਤਾ ਜਾਏਗਾ। ਦੱਸ ਦਈਏ ਕਿ MSP ਕਿਸਾਨਾਂ ਦੇ ਹੋਏ ਹਮਲੇ ਅਤੇ ਹੋਰ ਮੰਗਾਂ ਨੂੰ ਲੈ ਕੇ ਘਿਰਾਓ ਕੀਤਾ ਜਾਵੇਗਾ। ਪੰਜਾਬ ਹਰਿਆਣਾ ਦੇ ਜੋ ਬੀਜੇਪੀ ਉਮੀਦਵਾਰ ਨੇ ਉਹਨਾਂ ਦੇ ਘਰਾਂ ਦਾ ਘਿਰਾਓ ਜੋ ਹੈ ਭਲਕੇ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ। ਤਾਂ ਦੱਸ ਦਈਏ ਕਿ ਬੀਜੇਪੀ ਦੇ ਕੈਂਡੀਡੇਟ ਅਤੇ ਜੋ ਬੀਜੇਪੀ ਦੇ ਮੰਤਰੀ ਨੇ ਉਹਨਾਂ ਦੇ ਖਿਲਾਫ਼ ਭਲਕੇ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਕੀਤਾ ਜਾਏਗਾ। ਵੱਡਾ ਐਲਾਨ ਅੱਜ ਕਿਸਾਨਾਂ ਦੇ ਵੱਲੋਂ ਕੀਤਾ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਗੈਰ ਸਿਆਸੀ ਨੇ ਵੱਡਾ ਫੈਸਲਾ ਲਿਆ ਕਿ ਮੰਗਾਂ ਨੂੰ ਲੈ ਕੇ ਬੀਜੇਪੀ ਦੇ ਉਮੀਦਵਾਰਾਂ ਦਾ ਭਲਕੇ ਘਿਰਾਓ ਕੀਤਾ ਜਾਏਗਾ। ਮੈਂ ਸਰਵਨ ਸਿੰਘ ਪਟੇਲ ਜੀ, ਦੋਵਾਂ ਫੋਰਮਾਂ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਵਾ ਵੀ ਕੱਲ੍ਹ 28 ਤਰੀਕ ਆ, ਪੰਜਾਬ ਦੇ ਵਿੱਚ ਜਿੰਨੇ ਭਾਜਪਾ ਦੇ ਉਮੀਦਵਾਰ ਆ ਉਹਨਾਂ ਦੇ ਖਿਲਾਫ਼, ਹਰਿਆਣੇ ਵਿੱਚ ਮੰਤਰੀਆਂ ਦੇ ਖਿਲਾਫ਼, ਭਾਜਪਾ ਦੇ ਖਿਲਾਫ਼ ਕੱਲ੍ਹ ਇੱਕ ਵੱਡਾ ਇੱਕ ਦਿਨਾ ਅੰਦੋਲਨ ਹੋਊਗਾ, ਜਿਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਰਨਵੀਰ ਸਿੰਘ ਜੀ ਸੰਧੂ, ਗੁਰਦਾਸਪੁਰ ਵਿੱਚ ਬੱਬੂ ਜੀ, ਤਰਨ ਤਾਰਨ ਦੇ ਵਿੱਚ ਮਨਜੀਤ ਸਿੰਘ ਮੰਨਾ, ਫਰੀਦਕੋਟ ਦੇ ਵਿੱਚ ਹੰਸਰਾਜ ਹੰਸ, ਇਸੇ ਤਰ੍ਹਾਂ ਲੁਧਿਆਣੇ ਦੇ ਵਿੱਚ ਬਿੱਟੂ ਜੀ, ਪਟਿਆਲੇ ਦੇ ਵਿੱਚ ਪਰਨੀਤ ਕੌਰ ਜੀ, ਇਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਇਹ ਉਮੀਦਵਾਰਾਂ ਦੇ ਘਰਾਂ ਮੂਹਰੇ ਇੱਕ ਦਿਨਾ ਮੋਰਚਾ ਲੱਗੂਗਾ, ਇਸ ਤਰ੍ਹਾਂ ਹਰਿਆਣੇ 'ਚ। ਔਰ ਉਹੀ ਸਵਾਲ ਲੈ ਕੇ ਆਵਾਂਗੇ ਜਿਹੜੇ ਕਹਿੰਦੇ ਸੀ ਇੱਕ ਤੋਂ ਬਾਅਦ ਦੋ ਨੂੰ ਤੁਹਾਨੂੰ ਦੇਖਾਂਗੇ, ਜਿਹੜੇ ਕਹਿੰਦੇ ਸੀ ਤੁਹਾਨੂੰ ਦੁਪਹਰੀ ਗੱਲ ਕਰ ਦਾਂਗੇ, ਅਸੀਂ ਪੁਰਾਮਨ ਢੰਗ ਨਾਲ ਪੀਸਫੁੱਲੀ ਆਵਾਂਗੇ ਤੁਹਾਡੇ ਘਰਾਂ ਗਾੜੀ, ਇਹ ਡੈਮੋਕਰੈਟਿਕ ਸਾਡਾ ਹੱਕ ਹੈਗਾ ਵਾ। ਔਰ ਸਵਾਲ ਫਿਰ ਚੱਕਾਂਗੇ ਕਿ ਤੁਹਾਡੇ 10 ਸਾਲ ਰਹੇ ਪ੍ਰਧਾਨ ਮੰਤਰੀ ਜੀ ਨੇ MSP ਲੀਗਲ ਗਰੰਟੀ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਸੀ, ਭੱਜ ਨਿਕਲੇ ਆ। ਤੁਹਾਡੇ ਪ੍ਰਧਾਨ ਮੰਤਰੀ ਜੀ ਦਾ ਵਾਅਦਾ ਸੀ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਹੋਊਗਾ, ਨਹੀਂ ਪੂਰਾ ਹੋਇਆ, ਨਹੀਂ ਵਫਾ ਕਰ ਸਕੇ। ਇਹ ਤੋਂ ਗਾਂ ਫਸਲੀ ਬੀਮਾ ਯੋਜਨਾ, ਜਿਹੜੀਆਂ ਦੇਸ਼ ਦੀਆਂ 16 ਕੰਪਨੀਆਂ ਦਾ ਢਿੱਡ ਭਰ ਨੂੰ ਇਹਨਾਂ ਨੇ ਬਣਾਈ ਹੈਗੀ ਆ, ਉਹ ਸਾਡੇ ਲਈ ਠੀਕ ਨਹੀਂ ਹੈਗੀ। ਸਰਕਾਰ ਆਪਣੇ ਬੇਸਤੇ ਫਸਲੀ ਬੀਮਾ ਯੋਜਨਾ ਬਣਾਵੇ, ਇਹਦੀ ਗੱਲ ਮੰਗ ਕਰਾਂਗੇ। ਭਾਰਤ WTO ਤੋਂ ਬਾਹਰ ਆਵੇ, ਮਜ਼ਦੂਰਾਂ ਲਈ ਰੁਜ਼ਗਾਰ, 200 ਦਿਨ ਦਾ 700 ਰੁਪਈਆ ਦਿਹਾੜੀ, ਇਹ ਮੰਗਾਂ ਨੇ ਸਾਡੀਆਂ ਜਿਹੜੀਆਂ ਹੈ ਤੁਹਾਨੂੰ। ਔਰ ਤੁਸੀਂ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੰਦਾ, ਕਿ ਅਸੀਂ ਦੇਸ਼ ਦੇ ਕਿਸਾਨ ਮਜ਼ਦੂਰ ਦਿੱਲੀ ਜਾ ਕੇ ਪ੍ਰਦਰਸ਼ਨ ਨਹੀਂ ਕਰ ਸਕਦੇ? ਇਹ ਸਵਾਲ ਲੈ ਕੇ ਆਵਾਂਗੇ ਫਿਰ। ਤੁਸੀਂ ਸਾਡਾ 450 ਕਿਸਾਨ ਜ਼ਖਮੀ ਕੀਤਾ, ਇਹ ਸਵਾਲਾਂ ਦੇ ਜਵਾਬ ਮੰਗਾਂਗੇ ਤੁਹਾਡੇ ਕੋਲ। ਤੁਸੀਂ ਸ਼ਹੀਦ ਸੁਭਕਰਨ ਸਿੰਘ ਜੀ ਨੂੰ ਕਿਉਂ ਸ਼ਹੀਦ ਕੀਤਾ? ਔਰ ਤੁਸੀਂ ਨੈਸ਼ਨਲ ਹਾਈਵੇ 'ਤੇ ਦੁਬਾਰਾ ਕਿਹੜੇ ਕਾਨੂੰਨ ਤਹਿਤ ਲੱਗੀਆਂ ਨੇ? ਇਹਦਾ ਜਵਾਬ ਤਾਂ ਅਸੀਂ ਮੰਗਾਂਗੇ ਤੁਹਾਡੇ ਕੋਲ। ਔਰ ਇਸ ਲਈ ਆਵਾਂਗੇ ਭਾਈ, ਜੋ ਤੁਸੀਂ ਕਰਨਾ ਹੋ, ਤੁਸੀਂ ਜਾਬਰ ਜੇ ਵੱਡੇ ਜੇ ਤਾਕਤ ਆ ਤੁਹਾਡੇ ਕੋਲ, ਜੋ ਮਰਜ਼ੀ ਕਰ ਲਿਓ, ਨੰਗੇ ਪਿੰਡੇ ਨੰਗੇ ਹੱਥ। ਔਰ ਪੂਰੀ ਦੇਸ਼ ਦੁਨੀਆ ਦੇ ਸਾਹਮਣੇ ਭਾਜਪਾ ਦਾ ਅਸਲ ਚਿਹਰਾ ਅਸੀਂ ਨੰਗਾ ਕਰਾਂਗੇ। ਅਸੀਂ ਦੇਸ਼ ਦੇ ਸਾਰੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਤਾਵਾਂ ਭੈਣਾਂ ਨੂੰ ਸੱਦਾ ਦੇ ਰਹੇ ਹਾਂ ਵੀ ਵੱਧ ਤੋਂ ਵੱਧ ਕੱਲ੍ਹ ਦੇ ਪ੍ਰੋਗਰਾਮ ਵਿੱਚ ਆਪਣੀ ਸ਼ਮੂਲੀਅਤ ਕਰੋ। ਧੰਨਵਾਦ।